ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਜੀਟੀਵੀ ਤੇ ਮੈਂ ਹਾਂ ਨਾਇਬ ਸਿੰਘ ਸਿੱਧੂ ਅੱਜ ਅਸੀਂ ਬਣਿਆ ਬਠਿੰਡਾ ਦੇ ਬੱਸ ਸਟੈਂਡ ਤੋਂ ਜਿੱਤੇ ਕਿ ਕਿਸਾਨਾਂ ਦੀ ਹਮਾਇਤ ਵਿੱਚ ਜਿਹੜੇ ਪ੍ਰਾਈਵੇਟ ਟਰਾਂਸਪੋਰਟਰ ਹੈ ਬੱਸਾਂ ਵਾਲੇ ਹੈਗੇ ਇਹਨਾਂ ਨੇ 26 ਜਨ 26 ਮਾਰਚ ਨੂੰ ਜਿਹੜਾ ਕਿ ਕਿਸਾਨਾਂ ਨੇ ਚੱਕਾ ਜਾਮ ਕਰਨਾਂ ਦਾ ਹੜਤਾਲ ਦਾ ਸੱਦਾ ਦਿੱਤਾਗਾ ਉਸ ਨੂੰ ਲੈ ਕੇ ਹਮਾਇਤ ਕੀਤੀ ਹੈ ਅਤੇ ਇਹਨਾਂ ਵੱਲੋਂ ਚੱਕਾ ਜਾਮ ਰੱਖਿਆ ਜਾਵੇਗਾ ਅਤੇ ਕਿਸਾਨਾਂ ਦੀ ਹਮਾਇਤ ਵੀ ਕੀਤੀ ਜਾਵੇਗੀ ਇਸ ਬਾਰੇ ਆਪਾਂ ਗੱਲ ਕਰਾਂਗੇ ਨਾ ਨਾ ਇਹ ਤੁਸੀਂ ਦੇਖ ਰਹੋਗੇ ਜਿਹੜੇ ਪ੍ਰਾਈਵੇਟ ਟਰਾਂਸਪੋਰਟਰ ਹੈਗੇ ਸਾਰੇ ਇਹਨਾਂ ਨੇ ਸਾਰੇ ਆਪਣੀ ਮੀਟਿੰਗ ਕਰਕੇ ਐਲਾਨ ਕੀਤਾ ਕਿ ਜਿਹੜਾ ਸਾਡਾ ਇਹ ਬਿਜ਼ਨਸ ਹੈ ਇਹ ਵੀ ਕਿਸਾਨੀ ਨਾਲ ਜਾਦੇ ਸਬੰਧ ਰੱਖਦਾ ਹੈ ਕਿਉਂਕਿ ਪਿੰਡਾਂ ਵਿੱਚੋਂ ਕਿਸਾਨਾਂ ਨੇ ਆ ਕੇ ਸ਼ਹਿਰ ਤੋਂ ਸਮਾਨ ਲੈ ਜਾਣਾ ਹੁੰਦਾ ਤੇ ਫਿਰ ਪਿੰਡਾਂ ਜਾਣਾਗਾ ਤੇ ਜੇ ਕਿਸਾਨ ਹੀ ਨਾ ਰਹੇ ਤਾਂ ਸਾਡੇ ਟਰਾਂਸਪੋਰਟਰ ਕਿੱਥੋਂ ਰਹੇਗੀ ਇਸ ਬਾਰੇ ਆਪਾਂ ਗੱਲ ਕਰਾਂਗੇ ਜਿਹੜੇ ਟਰਾਂਸਪੋਰਟਰ ਦੇ ਪ੍ਰਧਾਨਾਂਗੇ ਸਸਿਕਾ ਭਾਜੀ ਸਸਿਕਾ ਭਾਜੀ ਕੀ ਨਾ ਆਪਣਾ ਤੇ ਕੀ ਕਹਿਣਾ ਚਾਹੋਗੇ ਜਿਹੜਾ ਤੁਸੀਂ 26 ਮਾਰਚ ਨੂੰ ਇਹ ਚੱਕਾ ਜਾਮ ਕਰਦੇ ਜਾ ਰਹੇ ਮੇਰਾ ਨਾਮ ਨਰਪਿੰਦਰ ਸਿੰਘ ਜਲਾਲ ਪ੍ਰਧਾਨ ਪ੍ਰਾਈਵੇਟ ਬੱਸ ਆਪਰੇਟਰ ਜੂਨੀਅਨ ਜ਼ਿਲ੍ਹਾ ਬਠਿੰਡਾ ਜੀ ਅਸੀਂ ਸਮੂਹ ਟਰਾਂਸਪੋਰਟਰ ਸਹਿਬਾਨ ਨੇ ਮਤਲਬ ਮੀਟਿੰਗ ਕੀਤੀ ਸੀਗੀ ਜੋ ਸੰਯੁਕਤ ਕਿਸਾਨ ਮੋਰਚੇ ਨੇ ਐਲਾਨ ਕੀਤਾ ਹੈ 26 ਮਾਰਚ ਦੇ ਭਾਰਤ ਬੰਦ ਦਾ ਅਸੀਂ ਉਸ ਤੇ ਵਿਚਾਰ ਵਟਾਂਦਰਾ ਕੀਤਾ ਤੇ ਸਭ ਦੀ ਇੱਕੋ ਹੀ رائے ਸੀ ਵੀ ਜੇ ਕਿਸਾਨੀ ਹੈ ਕਿਉਂਕਿ ਅਸੀਂ ਸਾਰੇ ਵੀ ਪਿੰਡੂ ਸਬੰਧਤ ਆ ਪਿੰਡੂ ਸਾਡਾ ਪਸ਼ੋਕੜ ਆ ਕਿਸਾਨਾਂ ਨਾਲ ਸਾਡਾ ਸਾਰਿਆਂ ਦਾ ਸਬੰਧ ਆ ਤੇ ਬਾਕੀ ਕਿਸਾਨਾਂ ਨਾਲ ਹੀ ਸਾਡੇ ਕਾਰੋਬਾਰ ਦਾ ਸਬੰਧ ਆ ਜੇ ਕਿਸਾਨੀ ਨਾ ਬਚੀ ਤਾਂ ਅਸੀਂ ਵੀ ਨਹੀਂ ਬਚਣਾ ਸਾਡਾ ਕਾਰੋਬਾਰ ਵੀ ਨਹੀਂ ਬਚਣਾ ਕਿਉਂਕਿ ਰੋਜ਼ ਹਜ਼ਾਰਾਂ ਦੀ ਗਿਣਤੀ 'ਚ ਸਾਡੀਆਂ ਬੱਸਾਂ ਜਿਹੜੀਆਂ ਉਹ ਪਿੰਡਾਂ ਵੱਲ ਨੂੰ ਚੱਲਦੀਆਂ ਤੇ ਪਿੰਡਾਂ ਤੋਂ ਸ਼ਹਿਰਾਂ ਵੱਲ ਨੂੰ ਆਉਂਦੀਆਂ ਹਜ਼ਾਰਾਂ ਲੱਖਾਂ ਕਰੋੜਾਂ ਦੀ ਗਿਣਤੀ 'ਚ ਅਸੀਂ ਸਵਾਰੀਆਂ ਜਿਹੜੀਆਂ ਪਿੰਡਾਂ ਤੋਂ ਸ਼ਹਿਰਾਂ ਚ ਲੈ ਕੇ ਆਉਨੇ ਆ ਤੇ ਉਹਦਾ ਸਮਾਨ ਸੱਪਾ ਲੈ ਕੇ ਜਾਂ ਅੱਤੇ ਕਾਰੋਬਾਰ ਕਰਕੇ ਜਾਂ ਕੰਮ ਧੰਦੇ ਕਰਕੇ ਕੋਟ ਕਚੇਰੀ ਦੇ ਕੰਮ ਕਰਕੇ ਵਾਪਸ ਪਿੰਡਾਂ ਨੂੰ ਜਾਂਦੇ ਆ ਜੇ ਉਹ ਨਾ ਬਚੇ ਤਾਂ ਅਸੀਂ ਵੀ ਨਹੀਂ ਬਚ ਸਕਣਾ ਸਾਡਾ ਕਾਰੋਬਾਰ ਵੀ ਟੋਟਲ ਤਬਾਹ ਹੋ ਜੂ ਇਸ ਕਰਕੇ ਅਸੀਂ 26 ਬੰਦ ਦੇ ਭਾਰਤ ਬੰਦ ਦੇ ਸੱਦੇ ਨੂੰ ਪੂਰਨ ਹਮਾਇਤ ਦਿੰਦੇ ਆ ਤੇ ਅਸੀਂ ਚੱਕਾ ਜਾਮ ਕਰ ਦੇਵਾਂਗੇ ਜੀ ਸਾਰਾ ਜਿਵੇਂ ਇਹਨਾਂ ਵੱਲੋਂ ਆਪਣੇ ਚੱਕਾ ਜਾਮ ਕੀਤਾ ਜਾਵੇ ਧਰਨੇ ਦਿੱਤੇ ਜਾਣਗੇ ਕਿ ਉੱਥੇ ਵੀ ਸਮੂਲੀਅਤ ਹੋ ਗਏ ਆਪਣੀ ਹਾਂਜੀ ਅਸੀਂ ਮਤਲਬ ਚੱਕਾ ਜਾਮ ਤਾਂ ਕਰਨੀ ਕਰਨਾ ਜਿੱਥੇ ਜਿੱਥੇ ਵੀ ਕਿਸਾਨ ਦੇ ਧਰਨੇ ਹੋਣਗੇ ਅਸੀਂ ਉਹਨਾਂ ਦੇ ਵਿੱਚ ਜੋ-ਜੋ ਪਿੰਡਾਂ ਦੇ ਜਿਨ੍ਹਾਂ ਦੇ ਨੇੜੇ ਪੈਣਗੇ ਅਸੀਂ ਆਪਦੇ ਆਪ ਦੇ ਤੌਰ ਤੇ ਸਾਰੇ ਉੱਥੇ ਇਹਨਾਂ ਦੇ ਨਾਲ ਸ਼ਾਮਲ ਹੋਵਾਂਗੇ ਅੱਗੋਂ ਵੀ ਜੋ ਪ੍ਰੋਗਰਾਮ ਸਾਨੂੰ ਕਿਸਾਨ ਜਥੇਬੰਦੀਆਂ ਦੇਣਗੀਆਂ ਅਸੀਂ ਉਹਨਾਂ ਦੇ ਵਿਚਾਰ ਵਟਾਂਦਰਾ ਕਰਕੇ ਆਪਦੀ ਯੂਨੀਅਨ ਦੇ ਵਿੱਚ ਤੇ ਅੱਗੇ ਫੈਸਲੇ ਲੈਂਦੇ ਰਵਾਂਗੇ ਜੀ ਬੇ ਜੀ ਤੁਹਾਡਾ ਕੀ ਕਹਿਣਾ ਹੈ ਜਿਹੜਾ ਵੀ 26 ਨੂੰ ਆਪਾਂ ਚੱਕਾ ਜਾਮ ਕਰਨ ਜਾ ਰਹੇ ਹਾਂਗੇ ਤੇ ਤੁਹਾਡੇ ਕੀ ਕਹਿਣਾ ਹੈ ਅਸੀਂ ਵੀ ਸਾਰੇ ਕਿਸਾਨ ਜਥੇਬੰਦੀਆਂ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ 26 ਨੂੰ ਪੂਰਨ ਬੰਦ ਰੱਖਾਂਗੇ ਸਾਰੀਆਂ ਰਸਵੋਟਾਂ ਪ੍ਰਧਾਨ ਸਾਹਿਬ ਨੇ ਜਿਵੇਂ ਹੁਕਮ ਕੀਤਾ ਵੀ ਬਿੰਡਾ ਪੁਰ ਬੰਦ ਹੋਣੀਆਂ ਤੇ ਕਿਸਾਨਾਂ ਦਾ ਪੂਰਾ ਸਹਿਯੋਗ ਦਿੱਤਾ ਜਾਊਗਾ ਰਹਿਕ ਬਕੋ ਤੇ ਧਰਨੇ ਦਿੱਤੇ ਜਾਣਗੇ ਕਿ ਉੱਥੇ ਸਮੂਲਿਤ ਵੀ ਕਰੋਗੇ ਹਾਂਜੀ ਹਾਂਜੀ ਜਰੂਰ ਵੱਧ ਝੜ ਕੇ ਅਸੀਂ ਇਸਲਾਮ ਉਹਨਾਂ ਧਰਨੇਾਂ 'ਚ ਤੇ ਸਰਕਾਰ ਤੇ ਕਾਲੇ ਕਾਨੂੰਨਾਂ ਖਿਲਾਫ ਆਵਾਜ਼ ਵੀ ਉਠਾਵਾਂਗੇ ਤੇ ਅਸੀਂ ਸਾਰੇ ਸਾਰੇ ਵੀ ਜਿੰਨੇ ਕਿਤੇ ਨਾਲ ਜੁੜੇ ਵਿਅਕਤੀ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਵੀ ਕਰਾਂਗੇ ਕਿ ਆਪਾਂ ਵੱਧ ਝੜ ਕੇ ਟੋਲਣਾ ਵਿੱਚ ਹਿੱਸਾ ਲਈਏ ਦੇ ਸੰਯੁਕਤ ਮੋਰਚੇ ਵੱਲੋਂ ਸਾਨੂੰ ਕੋਈ ਕਾਲ ਕੀਤੀ ਜਾਂਦੀ ਹੈ ਕਿ ਕੋਈ ਹਮਾਇਤ ਦਾ ਪੁੱਛ ਲਈ ਜਾਂਦੀ ਹੈ ਕਿ ਗਾਹਾਂ ਤੋਂ ਅੱਗੇ ਤੋਂ ਵੀ ਉਹਨਾਂ ਦੀ ਹਮਾਇਤ ਕਰਦੇ ਰਹੋ ਹਾਂਜੀ ਪਹਿਲਾਂ ਤੋਂ ਵੀ ਹਮਾਇਤ ਸਾਡੀ ਯਾਰੀ ਹੈ ਤੇ ਇਸੇ ਤਰ੍ਹਾਂ ਹੀ ਯਾਰੀ ਰਹੂਗੀ ਹਮੇਸ਼ਾ ਹੀ ਅਸੀਂ ਕਿਸਾਨਾਂ ਨਾਲ ਆਂ ਕਿਸਾਨਾਂ ਦੇ ਪੁੱਤਾਂ ਤੇ ਕਿਸਾਨਾਂ ਨਾਲ ਹੀ ਰਵਾਂਗੇ ਇਹਨਾਂ ਦਾ ਵੀ ਕਹਿਣਾ ਹੈ ਕਿ ਕਿਸਾਨਾਂ ਦੇ ਪੁੱਤਾਂ ਤੇ ਕਿਸਾਨਾਂ ਦੇ ਨਾਲ ਹੀ ਰਹਿਣਾ ਤੇ ਇਹਨਾਂ ਦੀ ਹਮਾਇਤ ਕਰਦੇ ਰਾਂਗੇ ਇੱਧਰ ਸਾਡੇ ਨਾਲ ਹੋਰ ਵੀ ਸੀਨੀਅਰ ਜੁੜੇ ਆ ਗਏ ਉਹਨਾਂ ਨਾਲ ਵੀ ਗੱਲ ਕਰਾਂ ਸਤਸ਼ਿਕਾ ਜੀ ਸਤਸ਼ਿਕਾ ਜੀ ਹਾਂਜੀ ਕੀ ਨਾਂ ਜੀ ਆਪਣਾ ਮੇਰ ਨੂੰ ਕਰਮ ਸਿੰਘ ਆ ਜੀ ਅਸੀਂ ਇਹਨਾਂ ਦੇ ਨਾਲ ਜੋ ਵੀ ਜਥੇਬੰਦੀਆਂ ਸਾਨ ਜੂਨੀਅਨ ਦੀਆਂ ਫੈਸਲਾ ਕਰਦੀਆਂ ਸੀ ਉਹਨਾਂ ਦਾ ਸਮਰਥਨ ਕਰਦੇ ਆ ਕਿਉਂਕਿ ਜਿੰਨਾ ਵੀ ਸਾਰਾ ਵਪਾਰਕ ਹੈ ਸਾਡਾ ਇਹਨਾਂ ਦੇ ਨਾਲ ਸਬੰਧਤ ਹੈ ਜੇ ਇਹ ਹੀ ਨਹੀਂ ਰਹੇ ਤਾਂ ਸਾਡਾ ਵੀ ਕੁਝ ਨਹੀਂ ਰਹਿਣਾ ਇਸ ਕਰਕੇ ਜੋ ਵੀ ਇਹ ਸਾਨੂੰ ਕਿਸੇ ਕਿਸਮ ਦਾ ਜੋ ਪੰਜਾਬ ਲੈਵਲ ਦਾ ਜਾਂ ਇੰਡੀਆ ਲੈਵਲ ਦਾ ਕਰਦੇ ਸੀ ਆਪਣੀ ਜੂਨੀਅਨ ਦੇ ਵਿੱਚ ਸਾਰੇ ਵਿਚਾਰ ਟੋਰਾਂਦਰਾ ਕਰਕੇ ਉਹ ਤੇ ਫੁੱਲ ਚੜਾਵਾਂਗੇ ਜੀ ਤੇ ਜਿਵੇਂ 26 ਨੂੰ ਇਹ ਧਰਨਾ ਦੇਣ ਜਾ ਰਹੇ ਆ ਚੱਕਾ ਜਾਮ ਕਰਨਗੇ ਧਰਨੇ ਵੀ ਦੇਣਗੇ ਕਿ ਧਰਨੇ 'ਚ ਵੀ ਸਮੂਲੀਅਤ ਦੇਵਾਂਗੇ ਅਸੀਂ ਜਿਸ ਜਿਸ ਜਗ੍ਹਾ ਸਟਾਫ ਦਾ ਜਿੱਥੇ-ਜਿੱਥੇ ਨੇੜੇ ਪਿੰਡ ਹੋਣਗੇ ਉੱਥੇ ਜ਼ਰੂਰ ਜਾਣਗੇ ਜੀ ਸਾਰਿਆਂ ਨੂੰ ਅਸੀਂ ਕਹਿ ਕੇ ਭੇਜਾਂਗੇ ਵੀ ਆਪਣੇ ਆਪਣੇ ਨੇੜੇ ਪਿੰਡਾਂ ਦੇ ਜਿੱਥੇ ਵੀ ਧਰਨੇ ਹੈਗੇ ਉੱਥੇ ਉਹਨਾਂ ਸੁਭੂਲੀਤ ਨੂੰ ਬਾਅਦ ਤੋਂ ਬਾਅਦ ਉੱਥੇ ਪਜਾਨ ਜਿਹੜਾ ਆਪਣਾ ਸਟਾਫ ਹੋਗਾ ਜਿਵੇਂ ਡਰਾਈਵਰ ਕਨੈਕਟਰ ਜਾਂ ਕਲਰ ਉਹ ਵੀ ਉੱਥੇ ਭੇਜਾਂਗੇ ਉਹਨਾਂ ਨੂੰ ਵੀ ਉਹ ਜਾਣਗੇ ਜਿੱਥੇ-ਜਿੱਥੇ ਉਹਨਾਂ ਦੇ ਪਿੰਡਾਂ ਦੇ ਨੇੜੇ ਦੇ ਧਰਨੇ ਜੇ ਕਿਤੇ ਟਰਾਂਸਪੋਰਟ ਦੀ ਲੋੜ ਪੈਂਦੀ ਹੈਗੀ ਕਿਸਾਨਾਂ ਨੂੰ ਉਹ ਵੀ ਉਹਨਾਂ ਦੀ ਸਹਾਇਤਾ ਕੀਤੀ ਜਾਊਗੀ ਉਹ ਅਸੀਂ ਪਹਿਲਾਂ ਵੀ ਸਹਾਇਤਾ ਕਰ ਰਹੇ ਹਾਂ ਤੇ ਇਹ ਸਹਾਇਤਾ ਰੈਗੂਲਰ ਚੱਲੂਗੀ ਇਹ ਸਨ ਪ੍ਰਾਈਵੇਟ ਟਰਾਂਸਪੋਰਟਰ ਤੇ ਜਿਨ੍ਹਾਂ ਨੇ ਕਿਹਾਗਾ ਕਿ ਅਸੀਂ ਜੇ ਟਰਾਂਸਪੋਰਟ ਦੀ ਲੋੜ ਵੀ ਪਈ ਉਹ ਵੀ ਸਹਤਾ ਦੇ ਦੇਵਾਂਗੇ ਪਹਿਲਾਂ ਵੀ ਦਿੰਦਿਆ ਹਾਂ ਹੁਣ ਵੀ ਦੇਵਾਂਗੇ ਕਿਤੇ ਵੀ ਇਹਨਾਂ ਕਿਸਾਨਾਂ ਲਈ ਕਿਸੇ ਮਦਦ ਤੋਂ ਪਿੱਛੇ ਨਹੀਂ ਰਾਂਗੇ ਸਾਡੇ ਨਾਲ ਹੋ ਵੀ ਟਰਾਂਸਪੋਰਟ ਜਿਹੜਾ ਉਹਨਾਂ ਨੇ ਵੀ ਗੱਲ ਕਰਦੇ ਸੱਸੀਗਾ ਵੀ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਨਾ ਜੀ ਕੀ ਕਹਿਣਾ ਚਾਹੋਗੇ ਮੇਰਾ ਨਾਮ ਗੋਰਾ ਜੀ ਤੇ ਬਾਈ ਜੀ ਇਸੇ ਕਹਿਣਾ ਚਾਹੁੰਦੇ ਆ ਵੀ ਅਸੀਂ ਬਾਈ ਜੀ ਦੇ ਨਾਲ ਜੀ ਜੋ ਵੀ ਮਾਲਾ ਕਿਸਾਨ ਮੋਰਚਾ ਲਈ ਸਾਥੋਂ ਜਿੰਨਾ ਵੀ ਸਹਿਯੋਗ ਹੋ ਸਕੇ 26 ਮਾਰਚ ਨੂੰ ਅਸੀਂ ਪੂਰਨ ਤੌਰ ਤੇ ਬੱਸਾਂ ਬੰਦ ਰੱਖਾਂਗੇ ਆਪਣੀਆਂ ਤੇ ਪਰ ਪ੍ਰਧਾਨ ਜੀ ਅਨੁਸਾਰ ਆਪਣੇ ਸਾਰਿਆਂ ਬੱਸਾਂ ਬੰਦ ਰੱਖਾਂਗੇ ਤੇ ਜਿੰਨੇ ਵੀ ਸਮੂਲੀਅਤ ਹੋ ਸਕੇ ਵੱਧ ਤੋਂ ਵੱਧ ਇਸਾ ਪਾਵਾਂਗੇ ਜੀ ਵਿੱਚ ਤਾਂ ਰਿਆ ਚ ਵੀ ਸਮੂਲੀਅਤ ਤਾਂ ਦੋਗੇ ਹਾਂਜੀ ਹਾਂਜੀ ਬਈ ਪਹਿਲਾਂ ਤੋਂ ਹੀ ਪਾ ਰਹੇ ਹਾਂ ਤੇ ਉਸ ਤੋਂ ਬਾਅਦ ਵੀ ਲਗਾਤਾਰ ਪਾਉਂਦੇ ਰਹਿਾਂਗੇ ਇਸ ਤੋਂ ਬਾਅਦ ਹਾਂਜੀ 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 ਇਹਨਾਂ ਦਾ ਕਹਿਣਾ ਹੈ ਕਿ ਵੀ ਲਗਾਤਾਰ ਹੀ ਅਸੀਂ ਕਿਸਾਨਾਂ ਦੀ ਹਮਾਇਤ ਰਾਂਗੇ ਕਿਉਂਕਿ ਅਸੀਂ ਵੀ ਕਿਸਾਨ ਆ ਤੇ ਕਿਸਾਨਾਂ ਨਾਲ ਹੀ ਸਾਡੇ ਜਿਹੜੇ ਬਿਜ਼ਨਸ ਆ ਉਹ ਸੰਬੰਧ ਰੱਖਦੇ ਆ ਕਿਉਂਕਿ ਲੱਖਾਂ ਬੰਦਾ ਸ਼ਹਿਰਾਂ ਚ ਆਉਂਦਾ ਤੇ ਲੱਖਾਂ ਹੀ ਵਾਪਸ ਪਿੰਡਾਂ ਨੂੰ ਜਾਂਦਾ ਇਸ ਲਈ ਜੇ ਉਹ ਨਾ ਰਹੇ ਤਾਂ ਕਿਹਨੇ ਸ਼ਹਿਰ ਚ ਆਉਣਾ ਤੇ ਸਾਡੀਆਂ ਬੱਸਾਂ ਚ ਵੀ ਕਿਹਨੇ ਚੜਨਾਗਾ ਬਠਿੰਡਾ ਤੋਂ ਅਜੀਤ ਟੀਵੀ ਲਈ ਨਰ ਸਿੰਘ ਸਿੱਧੂ ਦੀ ਰਿਪੋਰਟ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ ਹੁਣ ਤੁਹਾਡਾ ਆਪਣਾ अजीत ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ अजीत ਦਾ ਅਫੀਸ਼ੀਅਲ ਪੇਜ ਡੇਲੀ अजीत ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ ਇੰਨਾ ਹੀ ਨਹੀਂ ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ अजीत ਸਮਾਚਾਰ ਹਿੰਦੀ YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ अजीत ਦਾ ਅਫੀਸ਼ੀਅਲ YouTube ਚੈਨਲ अजीत ਵੈਬ ਟੀਵੀ ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰam ਦੇ ਉੱਤੇ ਵੀ ਉਪਲਬਧ ਹੈ ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰam ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿੱਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ ਇਹਨਾਂ ਹੀ ਨਹੀਂ ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਪੀਪਰ ਐਪ ਤੁਹਾਡਾ ਆਪਣਾ ਭਰੋਸੇਯੋਗ ਚੈਨਲ ਤੁਹਾਡੀ ਆਪਣੀ ਆਵਾਜ਼ ਪੰਜਾਬ ਦੀ ਆਵਾਜ਼ ਅਜੀਤ